ਕੁੰਡੀ ਵਾਲੀ ਮੁੱਛ ਕਿੱਦਾਂ ਬਣਾਉਣੀ ਆ? ਸਤਿ ਸ਼੍ਰੀ ਅਕਾਲ, ਬਥੇਰੇ ਲੋਕ ਮੈਨੂੰ ਆ ਕੇ ਕਹਿੰਦੇ ਵੀ ਤੇਰੀ ਕੁੰਡੀ ਵਾਲੀ ਮੁੱਛ ਮੈਨੂੰ ਬਹੁਤ ਪਸੰਦ ਆ, ਇੱਦਾਂ ਕਿੱਦਾਂ ਬਣਾਈ ਦੀ ਆ? ਅੱਜ ਮੈਂ ਤੁਹਾਨੂੰ ਦਿਖਾਊਂਗਾ ਕੁੰਡੀ ਵਾਲੀ ਮੁੱਛ ਕਿੱਦਾਂ ਬਣਾਉਣੀ ਆ। ਸ਼ੁਰੂਆਤ ਇੱਦਾਂ ਲੱਗੂਗੀ ਅਤੇ ਅੰਤ 'ਚ ਇੱਦਾਂ ਲੱਗੂਗੀ। ਤੁਹਾਨੂੰ ਇਸ ਚੀਜ਼ਾਂ ਦੀ ਲੋੜ ਪਊਗੀ। ਮਸਟੈਸ਼ ਵਾਕਸ, ਸਪਾਈਕਿੰਗ ਜੈਲ, ਰੋਬਿੰਗ ਐਲਕੋਹੋਲ, ਕਿਊ ਟਿਪਸ ਐਂਡ ਅ ਮਸਟੈਸ਼ ਕੌਮ, ਮਤਲਬ ਵੀ ਮੁੱਛ ਵਾਲੀ ਕੰਘੀ। ਹੁਣ ਸ਼ੁਰੂਆਤ ਕਰਨ ਤੋਂ ਪਹਿਲਾਂ ਇਹ ਵੇਖਣਾ ਪੈਂਦਾ ਵੀ ਤੁਹਾਡੀ ਮੁੱਛ ਸਾਫ਼ ਹੈ ਅਤੇ ਸੁੱਕੀ ਹੈ, ਅਤੇ ਮੁੱਛ 'ਤੇ ਥੋੜ੍ਹੀ ਲੰਬਾਈ ਹੋਣੀ ਚਾਹੀਦੀ ਹੈ। ਜੇ ਲੰਬੀ ਨਹੀਂ ਹੈ ਠੀਕ ਤਰ੍ਹਾਂ ਵੱਠ ਨਹੀਂ ਪੈਣਾ, ਥੋੜ੍ਹਾ ਕੁ ਇੰਤਜ਼ਾਰ ਕਰਕੇ ਫਿਰ ਕਰਿਓ। ਚਲੋ ਸ਼ੁਰੂ ਕਰਦੇ ਹਾਂ। ਮੈਂ ਦੋ ਰੰਗ ਦੇ ਵੈਕਸ ਵਰਤਦਾ ਜੇ, ਇੱਕ ਬਰਾਊਨ ਅਤੇ ਇੱਕ ਨਿਊਟਰਲ। ਪਹਿਲਾ ਕੰਮ ਹੈਗਾ ਜੀ ਇੱਕ ਕੱਪ ਪਾਣੀ ਦਾ ਗਰਮ ਕਰਨਾ। ਪੌਣੇ ਕੁ ਮਿੰਟ ਮਾਈਕ੍ਰੋਵੇਵ 'ਚ ਰੱਖਿਓ ਹਾਈ 'ਤੇ। ਜਦੋਂ ਗਰਮ ਹੋ ਗਿਆ ਕੱਪ ਬਾਹਰ ਕੱਢ ਕੇ ਵੈਕਸ ਦੇ ਟਿਊਬਾਂ ਵਿੱਚ ਪਾ ਦਿਓ ਅਤੇ ਥੋੜ੍ਹੀ ਦੇਰ ਉੱਥੇ ਹੀ ਬਹਿਣ ਦਿਓ, ਆਪਾਂ ਵਾਪਸ ਆ ਜਾਵਾਂਗੇ। ਹੁਣ ਦੂਜਾ ਕੰਮ ਹੈ, ਥੋੜ੍ਹੀ ਸਪਾਈਕਿੰਗ ਜੈਲ ਆਪਣੀ ਉਂਗਲੀ 'ਤੇ ਪਾਇਓ। ਹੋ ਸਕਦਾ ਤੁਹਾਨੂੰ ਜ਼ਿਆਦਾ ਲੋੜ ਪਵੇ ਜਾਂ ਘੱਟ ਲੋੜ ਪਵੇ, ਤੁਹਾਡੇ ਮੁੱਛ ਅਤੇ ਵਾਲ 'ਤੇ ਡਿਪੈਂਡ ਕਰਦਾ ਜੇ। ਇੱਕ ਦੋ ਵਾਰੀ ਕਰਕੇ ਤੁਹਾਨੂੰ ਪਤਾ ਲੱਗ ਜੂਗਾ ਤੁਹਾਨੂੰ ਕਿੰਨੀ ਚਾਹੀਦੀ ਆ। ਹੁਣ ਹੌਲੀ ਹੌਲੀ ਆਪਣੇ ਮੁੱਛ 'ਤੇ ਲਾਇਓ ਜਦੋਂ ਤੱਕ ਛਿਪਕਦੀ ਨਹੀਂ। ਤੁਸੀਂ ਪੱਖਾ ਵੀ ਵਰਤ ਸਕਦੇ ਜੇ ਸੁਕਾਉਣ ਲਈ, ਪਰ ਜ਼ਿਆਦਾਤਰ ਸਿਰਫ ਇੱਕ ਮਿੰਟ ਹੀ ਲੱਗਦਾ ਜੇ। ਹੁਣ ਕੱਪ ਤੋਂ ਆਪਣੀ ਮਸਟੈਸ਼ ਵੈਕਸ ਕੱਟਿਓ। ਇੱਕ ਹੋਰ ਵਜ੍ਹਾ ਗਰਮ ਕਰਨ ਲਈ, ਕਿਉਂਕਿ ਮੈਂ ਦੋ ਰੰਗ ਵਰਤਣਾ ਜੇ ਅਤੇ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਂਦੇ ਆ। ਇੱਕ ਬਰਾਊਨ ਵੈਕਸ ਸੀ ਅਤੇ ਦੂਜੀ ਨਿਊਟਰਲ ਵੈਕਸ। ਮੈਂ ਦੋ ਵੈਕਸ ਵਰਤਦਾ ਕਿਉਂਕਿ ਬਰਾਊਨ ਜਿਹੜੀ ਹੁੰਦੀ ਹੈ ਡਾਰਕ ਹੋ ਜਾਂਦੀ ਹੈ ਅਤੇ ਨਿਊਟਰਲ ਨਾਲ ਮਿਕਸ ਕਰਕੇ ਥੋੜ੍ਹੀ ਫਿੱਕੀ ਪੈ ਜਾਂਦੀ ਹੈ। ਇੱਕ ਤੁਪਕੀ ਬਰਾਊਨ ਦੀ ਕਰਦਾ ਅਤੇ ਤਿੰਨ ਤੁਪਕੀ ਆ ਨਿਊਟਰਲ ਦੀਆਂ। ਇੱਦਾਂ ਮੇਰਾ ਕੰਮ ਹੁੰਦਾ ਜੇ। ਮੈਂ ਕੋਸ਼ਿਸ਼ ਕਰਦਾ ਵੀ ਇਹ ਬਰਾਊਨ ਥੋੜ੍ਹੀ ਡਾਰਕ ਰਹੇ, ਇੱਦਾਂ ਸੋਹਣੀ ਲੱਗਦੀ ਆ। ਹੁਣ ਦੋਨੋਂ ਵੈਕਸ ਆਪਣੀ ਉਂਗਲੀਆਂ 'ਤੇ ਮਿਕਸ ਕਰਿਓ। ਅਤੇ ਵੈਕਸ ਆਪਣੀ ਮੁੱਛ 'ਤੇ ਪਾ ਕੇ ਹਲਕੇ ਜਿਹੇ ਉਂਗਲੀਆਂ ਫੇਰਿਓ। ਜਦੋਂ ਮੁੱਛ ਸਖਤ ਹੋ ਗਈ ਫਿਰ ਕੁੰਡੀ ਪਾਉਣ ਦਾ ਟਾਈਮ ਆ ਗਿਆ ਜੀ। ਜ਼ਿਆਦਾਤਰ ਮੈਂ ਇੱਕ ਤੁਪਕੀ ਨਿਊਟਰਲ ਵੈਕਸ ਹੀ ਵਰਤਣਾ ਜੇ ਕੁੰਡੀ ਸ਼ੁਰੂ ਕਰਨ ਲਈ। ਜਦੋਂ ਵੱਟ ਪੈ ਗਏ ਮੈਂ ਐਂਡ ਤੋਂ ਫੜ ਕੇ ਮੁੱਛ 'ਤੇ ਪਿੱਛੇ ਰੱਖ ਲੈਣਾ ਜੇ। ਮੁੱਛ 'ਤੇ ਕੁੰਡੀ ਇੱਦਾਂ ਸਖਤ ਰਹੂਗੀ। ਧੀਰਜ ਰੱਖਿਓ ਅਤੇ ਹੌਲੀ ਹੌਲੀ ਕਰਦੇ ਰਹੋ ਜਦੋਂ ਤੱਕ ਗੋਲ ਨਹੀਂ ਬਣ ਜਾਂਦੇ। ਹਿੰਮਤ ਨਾ ਹਾਰਿਓ, ਹੋ ਸਕਦਾ ਪਹਿਲੀ ਵਾਰੀ ਵਧੀਆ ਨਾ ਨਿਕਲੇ, ਇੱਕ ਦੋ ਵਾਰੀ ਕਰਕੇ ਤੁਹਾਨੂੰ ਪਤਾ ਲੱਗ ਜਾਊਗਾ ਕਿੱਦਾਂ ਚਾਹੁੰਦੇ ਜੇ। ਧੀਰਜ ਨਾਲ ਕੰਮ ਕਰਿਓ। ਜੋ ਇੱਕ ਸਾਈਡ 'ਤੇ ਸਾਡਾ ਕੰਮ ਹੋ ਗਿਆ ਦੂਜੀ ਸਾਈਡ 'ਤੇ ਵੀ ਉਹੀ ਕੰਮ ਕਰਿਓ। ਮੈਂ ਦੂਜੀ ਸਾਈਡ ਨੂੰ ਖਿੱਚਦਾ ਜਦੋਂ ਤੱਕ ਸੇਮ ਸਾਈਜ਼ ਨਹੀਂ ਹੋ ਜਾਂਦੇ। ਹੁਣ ਇਸ ਵਕਤ ਤੁਸੀਂ ਮੁੱਛ 'ਤੇ ਕੰਘੀ ਵਰਤ ਸਕਦੇ ਜੇ ਆਪਣੀਆਂ ਉਂਗਲੀਆਂ। ਮੈਂ ਆਪਣੀਆਂ ਉਂਗਲੀਆਂ ਵਰਤਾ ਦੇ, ਪਰ ਤੁਸੀਂ ਕੰਘੀ ਵਰਤ ਸਕਦੇ ਜੇ। ਹੁਣ ਮੁੱਛ ਤੁਸੀਂ ਜੁਦਾ ਕਰਨਾ ਜੇ ਅਤੇ ਹਲਕੇ ਜੇ ਕੰਘੀ ਫੇਰੋ। ਜਦੋਂ ਮੈਨੂੰ ਵੇਖਣ ਨੂੰ ਚੰਗੀ ਲੱਗੇ ਮੈਂ ਸਪਾਈਕਿੰਗ ਜੈਲ ਲਾ ਦੇਣਾ ਜੇ, ਇਹਦੇ ਨਾਲ ਮੁੱਛ ਸਖਤ ਰਹੂਗੀ। ਭਾਵੇਂ ਬਾਹਰ ਗਰਮੀ ਹੋਵੇ ਜਾਂ ਮੀਂਹ ਪੈਣ ਡਿਆ, ਸਪਾਈਕਿੰਗ ਜੈਲ ਮੁੱਛ ਬਹੁਤ ਸਖਤ ਰੱਖੂਗੀ।
ਅੰਤ 'ਚ ਮੈਂ ਮੁੱਛ ਨੂੰ ਸਾਫ਼ ਕਰਦਾ ਜੇ ਕਿਊ ਟਿਪ 'ਤੇ ਥੋੜ੍ਹਾ ਰਬਿੰਗ ਐਲਕੋਹਲ ਲਾ ਕੇ ਆਪਣੀ ਮੁੱਛ ਸਾਈਡਾਂ 'ਤੇ ਹਲਕੇ 'ਚ ਫੇਰਿਓ ਅਤੇ ਬਸ ਇੰਨਾ ਹੀ ਆ ਅਸਤੀਰਜ ਨਾਲ ਕੰਮ ਕਰਿਓ ਦੂਜੇ ਯੂਟਿਊਬ ਵੀਡੀਓ ਵੇਖ ਲਿਓ ਮੇਰਾ ਸਿਰਫ ਇੱਕ ਤਰੀਕਾ ਕਰਨ ਦਾ ਵੇਖਣ ਲਈ ਧੰਨਵਾਦ ਅਤੇ ਮੈਂ ਉਮੀਦ ਕਰਦਾ ਕਿ ਤੁਹਾਡੀ ਕੁੰਡੀ ਵਾਲੀ ਮੁੱਛ ਠੀਕ ਤਰ੍ਹਾਂ ਬਣੇ ਅਤੇ ਮੈਨੂੰ ਦੱਸਿਓ ਕਿੱਦਾਂ ਬਣੀ